वाहिगुरु जी का खालसा श्री वाहिगुरु जी की फतेह। प्यारी साध संगत जी, तुसी वेख रहे हो कथा गुरबाणी विचार। सब तो पहला तुसी चैनल नू सबसक्राइब कर लवो ते नाल ही बैल आइकन जरूर दबा लवो ताकि हर एक वीडियो की अपडेट तुहाडे तक पहुँच सके। ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਪਿਆਰੀ ਸਾਧ ਸੰਗਤ ਜੀ, ਅੱਜ ਦੀ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਬਹੁਤ ਵੱਡੀ ਸਿੱਖਿਆ ਦੇਵੇਗੀ। ਕਹਾਣੀ ਹੈ ਇੱਕ ਬਿਜ਼ਨਸਮੈਨ ਦੀ ਜੋ ਇੱਕ ਵੱਡੀ ਕੰਪਨੀ ਨੂੰ ਚਲਾਉਂਦਾ ਸੀ। ਇੱਕ ਦਿਨ ਸਵੇਰੇ ਸਵੇਰੇ ਹੀ ਉਸਨੂੰ ਗੁੱਸਾ ਆ ਗਿਆ ਅਤੇ ਆਪਣੇ ਮੈਨੇਜਰ ਨੂੰ ਬੁਲਾਇਆ ਅਤੇ ਉਸਨੂੰ ਆਪਣੀਆਂ ਸਾਰੀਆਂ ਫਾਈਲਾਂ ਲਿਆਉਣ ਲਈ ਕਿਹਾ। ਮੈਨੇਜਰ ਬੜਾ ਖੁਸ਼ ਸੀ ਕਿ ਅੱਜ ਉਸਦੇ ਕੰਮ ਤੋਂ ਖੁਸ਼ ਹੋ ਕੇ ਬੌਸ ਉਸਦੀ ਵਾਹਵਾਹੀ ਕਰੇਗਾ, ਪਰ ਉਸਨੂੰ ਕੁਝ ਆਈਡੀਆ ਵੀ ਨਹੀਂ ਸੀ ਹਾਲਾਤਾਂ ਬਾਰੇ, ਕਿਉਂਕਿ ਮਾਲਕ ਗੁੱਸੇ ਵਿੱਚ ਸੀ। ਮੈਨੇਜਰ ਦੇ ਕੰਮ ਵਿੱਚ ਕੋਈ ਕਮੀ ਨਹੀਂ ਸੀ, ਪਰ ਮਾਲਕ ਨੇ ਫਿਰ ਵੀ ਉਸਨੂੰ ਬੜਾ ਕੁਝ ਮਾੜਾ ਕਿਹਾ, ਬੜਾ ਜਲੀਲ ਕੀਤਾ ਉਸਨੂੰ। ਪਰ ਮੈਨੇਜਰ ਚੁੱਪ ਚਾਪ ਕੈਬਿਨ 'ਚੋਂ ਬਾਹਰ ਆ ਗਿਆ। ਉਸਨੂੰ ਕੁਝ ਸਮਝ ਨਾ ਆਇਆ ਕਿ ਕੰਮ ਵੀ ਮੈਂ ਸਾਰਾ ਇਮਾਨਦਾਰੀ ਨਾਲ ਕੀਤਾ ਹੈ, ਪਰ ਫਿਰ ਵੀ ਮੈਨੂੰ ਅੱਜ ਇੰਨਾ ਜਲੀਲ ਕੀਤਾ ਮਾਲਕ ਨੇ। ਉਸਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਵੀ ਕਿਤੇ ਨਾ ਕਿਤੇ ਗੁੱਸਾ ਕੱਢਣਾ ਹੀ ਸੀ। ਉਸਨੇ ਸਾਰੇ ਕਰਮਚਾਰੀ ਬੁਲਾਏ ਅਤੇ ਉਹਨਾਂ ਦੇ ਆਪਣੀ ਭੜਾਸ ਕੱਢੀ। ਕਰਮਚਾਰੀ ਵੀ ਕੁਝ ਸਮਝ ਨਾ ਸਕੇ ਕਿ ਕੰਮ ਵੀ ਪੂਰਾ ਕੀਤਾ ਹੈ, ਪਰ ਫਿਰ ਵੀ ਉਹਨਾਂ ਨੂੰ ਸੁਣਨਾ ਪਿਆ। ਹੁਣ ਉਹਨਾਂ ਵਿੱਚੋਂ ਇੱਕ ਕਰਮਚਾਰੀ ਨੂੰ ਵੀ ਗੁੱਸਾ ਆਇਆ ਅਤੇ ਉਸਨੇ ਚਾਹ ਦੇਣ ਆਏ ਗਾਰਡ 'ਤੇ ਆਪਣੇ ਗੁੱਸੇ ਦਾ ਕਹਿਰ ਵਰਸਾਇਆ। ਗਾਰਡ ਵੀ ਸ਼ਰਮਿੰਦਾ ਕੀਤਾ ਉਸਨੇ ਸਭ ਦੇ ਸਾਹਮਣੇ। ਗਾਰਡ ਵੀ ਅੰਦਰੋਂ ਅੰਦਰੀ ਦੁਖੀ ਹੋਇਆ ਅਤੇ ਘਰ ਆ ਕੇ ਆਪਣੇ ਬੱਚੇ ਨੂੰ ਟੀ ਵੀ ਦੇਖਦੇ ਉਸ 'ਤੇ ਭੜਕ ਪਿਆ ਕਿ ਤੈਨੂੰ ਹੋਰ ਕੋਈ ਕੰਮ ਨਹੀਂ, ਅਤੇ 2-3 ਥੱਪੜ ਮਾਰੇ। ਬੱਚਾ ਵੀ ਪਿਓ ਦੇ ਇਸ ਵਿਹਾਰ ਨੂੰ ਸਮਝ ਨਾ ਸਕਿਆ ਅਤੇ ਬਾਹਰ ਨੂੰ ਭੱਜ ਗਿਆ। ਬਾਹਰ ਕੁੱਤਾ ਬੈਠਾ ਸੀ। ਬੱਚੇ ਨੇ ਵੀ ਆਪਣਾ ਗੁੱਸਾ ਕੁੱਤੇ ਨੂੰ ਪੱਥਰ ਮਾਰ ਕੇ ਕੱਢਿਆ। ਕੁੱਤਾ ਭੌਂਕਦਾ ਭੌਂਕਦਾ ਦੂਜੀ ਗਲੀ ਵਿੱਚ ਜਾ ਪਹੁੰਚਿਆ ਅਤੇ ਉੱਥੇ ਕੀ ਦੇਖਦਾ ਹੈ ਕਿ ਇੱਕ ਬੰਦਾ ਸੈਰ ਕਰ ਰਿਹਾ ਸੀ ਅਤੇ ਕੁੱਤੇ ਨੇ ਜਾ ਕੇ ਉਸਨੂੰ ਵੱਢ ਲਿਆ। ਜਿਸ ਨੂੰ ਉਹ ਕੁੱਤੇ ਨੇ ਵੱਢਿਆ ਉਹ ਕੰਪਨੀ ਦਾ ਮਾਲਕ ਸੀ, ਜਿਸ ਨੇ ਸਵੇਰੇ ਸਵੇਰੇ ਆਪਣੇ ਮੈਨੇਜਰ ਨੂੰ ਝਿੜਕਿਆ ਸੀ। ਉਸਦੇ ਮਨ ਵਿੱਚ ਹਰ ਵੇਲੇ ਇਹ ਸਵਾਲ ਉੱਠਦਾ ਰਿਹਾ ਕਿ ਉਸ ਕੁੱਤੇ ਨੂੰ ਮੈਂ ਛੇੜਿਆ ਵੀ ਨਹੀਂ, ਫਿਰ ਵੀ ਉਸਨੇ ਮੈਨੂੰ ਕਿਉਂ ਵੱਢਿਆ। ਇਹ ਛੋਟੀ ਜਿਹੀ ਕਹਾਣੀ ਦੱਸਦੀ ਏ ਕਿ ਸਮਾਂ ਕਰਮਾਂ ਦੇ ਲੈਣ ਦੇਣ ਦੇ ਚੱਕਰ ਦਾ ਭੁਗਤਾਨ ਜ਼ਰੂਰ ਕਰਦਾ। ਅਸੀਂ ਜਿਹੋ ਜਿਹੇ ਵੀ ਕਰਮ ਕਰਦੇ ਹਾਂ ਉਹ ਘੁੰਮ ਫਿਰ ਕੇ ਸਾਡੇ ਕੋਲ ਆਉਂਦੇ ਜ਼ਰੂਰ ਨੇ, ਇਸ ਲਈ ਚੰਗੇ ਕਰਮ ਹਮੇਸ਼ਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।